ਜੇ ਬੁਲਬੁਲੇ ਕੱਢਣ ਦੇ ਸੈਟ ਹੈ ਬਾਜੀਆਂ ਨਹੀਂ ਐ ਵੀ ਸਿਰ ਪੜ ਗਏਗਾ ਤੇਰਾ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਕੀ ਕਰਨ ਆਏ ਮਾਲ ਚ ਘੁੰਮਣ ਫਿਰਨ ਆਏ ਘੁੰਮਣ ਫਿਰਨ ਕਿਹਦੇ ਨਾਲ ਇਕੱਲੇ ਹੀ ਤੇ ਮੇਰਾ ਆਪਣੇ ਨਾਲ ਆਪਣੇ ਨਾਲ ਤੁਸੀਂ ਕੀ ਲੱਗਦੇ ਹੋ ਅਸੀਂ ਦੋਸਤ ਹਾਂ ਦੋਸਤੋ ਲੋਰ ਦੀ ਜੰਪਲ ਹਾਂਜੀ ਤੁਸੀਂ ਵੀ ਲੋਰ ਦੇ ਹੋ ਨਾ ਕੰਨ ਚ ਵਾਲੀ ਪਾਣ ਦਾ ਚਾ ਕਿੱਥੋਂ ਪਿਆ ਤੁਹਾਨੂੰ ਸ਼ਸ਼ਕਾ ਇਹ ਕਿਹੜਾ ਸ਼ਸ਼ਕਾ ਹੈ ਮੈਂ ਵੀ ਸ਼ਸ਼ਕਾ ਮਜ਼ਾਕ ਤਾਂ ਬੁੱਢੀਆਂ ਵਾਲੀਆਂ ਤੁਹਾਡੇ ਵਿੱਚ ਆ ਤੁਹਾਨੂੰ ਵੇਖ ਕੇ ਆ ਗਈ ਤੁਸੀਂ ਵੀ ਕੋਕਾ ਪਾਇਆ ਤਦ ਕਰਕੇ ਤੁਹਾਡੇ ਵਿੱਚ ਵੀ ਹੈ ਥੋੜਾ ਟੈਂਸ਼ਨ ਨਹੀਂ ਐਸਾ ਕੋਈ ਸੀਨ ਨਹੀਂ ਹੈ ਅੱਛਾ ਐਸਾ ਕੋਈ ਸੀਨ ਨਹੀਂ ਕੰਮ ਕੀ ਕਰਦੇ ਹੋ ਕੰਮ ਮੈਂ ਦੁਬਈ ਹੁੰਨਾ ਦੁਬਈ ਦੁਬਈ ਦੇ ਵਿੱਚ ਕੀ ਕਰਦੇ ਹੋ ਉੱਥੇ ਐਜ਼ ਅ ਕੈਸ਼ੀਅਰ ਅਰੇ ਵਾਹ ਕੈਸ਼ ਦਾ ਖਿਆਲ ਰੱਖਦੇ ਹੋ ਨੇ ਹਾਂਜੀ ਤੁਸੀਂ ਕੀ ਕਰਦੇ ਹੋ 6 ਦਿਨ ਵੇਲੇ ਰਤਵਾਰ ਦੀ ਛੁੱਟੀ ਮੈਨੂੰ ਉਮੀਦ ਸੀ ਇਹ ਜਵਾਬ ਆਣਾ ਪਰ ਮੈਂ ਕਿਹਾ ਫੇਰ ਵੀ ਆਪਾਂ ਪੁੱਛ ਲਈਏ ਹੈਨਾ ਅੱਛਾ ਇੱਕ ਸਵਾਲ ਪਾਕਿਸਤਾਨ ਦੀ ਆਵਾਮ ਇਹ ਨਾਰਮਲੀ ਵੀ ਸ਼ਾਇਦ ਇਹ ਲੋਕ ਹੁੰਦੇ ਹੋਣੇ ਜਿਹਦੇ ਇਹਨਾਂ 'ਚ ਬਰਦਾਸ਼ਤ ਕਿਉਂ ਇੰਨੀ ਘੱਟ ਆ ਨਾ ਕਿਸੇ ਲਾਈਨ 'ਚ ਲੱਗਣਾ ਪੈ ਜਾਵੇ ਫੇਰ ਇਹਨਾਂ ਨੂੰ ਸਿਆਪਾ ਪੈ ਜਾਂਦਾ ਹੈਨਾ ਬੇਸਿਕਲੀ ਸਾਨੂੰ ਜਿਹੜੀਆਂ ਡੋਜ਼ਾਂ ਦਿੱਤੀਆਂ ਜਾ ਰਹੀਆਂ ਨੇ ਉਹ ਇੰਜ ਦੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਖੁਰਾਕ ਮਤਲਬ ਇਸ ਤਰ੍ਹਾਂ ਦੀ ਦਿੱਤੀ ਜਾ ਰਹੀ ਹੈ ਕਿ ਸਸੀ ਦਸਤੀ ਹਾਈਪਰ ਹੋਈ ਹੈ ਫੋਰ ਐਗਜ਼ਾਮਪਲ ਸ਼ਵਾਰਮੇ ਆ ਗਏ ਨੇ ਸ਼ਵਾਰਮਾ ਦੰਦੀਆਂ ਬੇਸਿਕਲੀ ਜਿੰਨੀਆਂ ਵੀ ਸਪਾਈਸੀ ਚੀਜ਼ਾਂ ਨੇ ਅਸੀਂ ਖਾਵਾਂਗੇ ਤੇ ਫਿਰ ਅਸੀਂ ਆਪਣਾ ਮੇਦਾ ਡੈਮੇਜ ਕਰ ਲਾਂਗੇ ਠੀਕ ਹੈ ਤੇ ਮੇਦੇ ਦੀ ਡਿਸਟਰਬੈਂਸ ਨਾ ਹਾਂ ਤੇ ਮੇਦਾ ਜਦੋਂ ਡਿਸਟਰਬ ਹੋਏਗਾ ਮੇਦਾ ਕੀ ਕਹਿੰਦਾ ਕੁਸੁੰਨੇ ਨਹੀਂ ਮਾਰਦਾ ਬੇਸਿਕਲੀ ਉਹ ਡਿਸਟਰਬ ਹੁੰਦਾ ਵਾ ਤੇ ਫਿਰ ਗੁੱਸਾ ਤੇ ਆਣਾ ਹੀ ਆਣਾ ਵਾ ਤੇ ਗੁਰਬਤ ਇੰਨੀ ਛਾਈ ਪਈ ਪਾਕਿਸਤਾਨ ਦੇ ਵਿੱਚ ਤੇ ਗੁੱਸਾ ਤੇ ਆਟੋਮੈਟਿਕਲੀ ਆਣਾ ਵਾ ਮੇਰਾ ਵੀ ਦਿਲ ਕਰ ਰਿਹਾ ਮੈਂ ਸਵਾਲ ਪੁੱਛਿਆ ਕਿ ਹਾਂ ਕਦੀ ਸ਼ਵਾਰਮਾ ਫਿਰ ਮੇਦਾ ਫਿਰ ਗੁਰਬਤ ਤੇ ਗੱਲ ਆਈ ਹੈ ਨਹੀਂ ਮੈਂ ਤੁਹਾਨੂੰ ਮੇਨ ਵਜ੍ਹਾ ਦੱਸ ਦਿੱਤੀ ਜੋ ਤੁਸੀਂ ਪੁੱਛਣਾ ਚਾਹ ਰਹੇ ਸੀ ਮੈਂ ਤੁਹਾਨੂੰ ਮੇਨ ਵਜ੍ਹਾ ਦੱਸ ਦਿੱਤੀ ਅੱਛਾ ਕੋਈ ਟੈਲੈਂਟ ਹੋਵੇ ਸਿੰਗਿੰਗ ਸੁੰਗਿੰਗ ਬਸ ਮਾੜੀ ਮੋਟੀ ਸ਼ੇਰੋ ਸ਼ਾਇਰੀ ਸ਼ੇਰੋ ਸ਼ਾਇਰੀ ਨਹੀਂ ਤੁਹਾਡੇ ਵਿੱਚ ਕੋਈ ਟੈਲੈਂਟ ਹੋਵੇ ਨਹੀਂ ਲੱਗ ਰਿਹਾ ਸੀ ਮੈਂ ਫੇਰ ਵੀ ਮੈਂ ਕਿਹਾ ਚਲੋ ਮੈਂ ਪੁੱਛ ਲਵਾਂ ਮੇਰਾ ਫਰਜ਼ ਜਨ ਆਪਣਾ ਫਰਜ਼ ਪੂਰਾ ਕਰਨਾ ਸੀ ਇਹਦੀ ਸ਼ਕਲੋਂ ਲੱਗ ਰਿਹਾ ਸੀ ਕਿ ਜਮਾਈ ਟੈਲੈਂਟ ਨਹੀਂ ਹੈ ਕੋਈ ਟੈਲੈਂਟ ਨਹੀਂ ਸਾਡੇ ਕੋਈ ਸ਼ੇਰ ਆਂਦਾ ਵੀ ਨਹੀਂ ਸ਼ੇਰ ਸੁਣਾ ਦਿੰਦੇ ਆ ਸੁਣਾਓ ਫਿਰ बैठे हैं आराम से कहीं अच्छा। जाना तो है नहीं अच्छा। हम बेघरों का कोई ठिकाना तो है नहीं ओ वाह वो कौन है कैसी है कहाँ है क्यों पूछते हो हमने बताना तो है नहीं वाह की करना है समाज शॉपिंग करने शॉपिंग कौन कौन आया ना हस्बैंड बस जी ना सास ना न्याणे किसे रूम नहीं ले आए नहीं अभी बच्चे हुए नहीं है अच्छा नवाना मां भैया हाँ जी कितने साल हो गए ब्याह एक साल से ज्यादा हो गए एक साल और नवाना ही होता है बाजी एक साल तो इंज लंघ जाता पता नहीं चलता है ना पाइन बदले तो नहीं कोई तब्दीली आई हो नहीं अभी तो नहीं शॉपिंग शूपिंग खोल के कराते हैं हाँ जी बर्थडे गिफ्ट दिलवाने आए हैं पाइन शेक पे नहीं नहीं फिर खैर फिर चल जाओगे ਪਾਣ ਕੰਮ ਕੀ ਕਰਦੇ ਮੈਂ ਫੈਂਸੀ ਲਾਈਟ ਦਾ ਸ਼ੋਰੂਮ ਹੈ ਆਪਣਾ ਫੈਂਸੀ ਲਾਈਟ ਦਾ ਸ਼ੋਰੂਮ ਫਨੂਸ ਵਗੈਰਾ ਜਿਹੜੇ ਘਰਾਂ 'ਚ ਲੱਗਦੇ ਨਾ ਅੱਛਾ ਅੱਛਾ ਵਾਵਾ ਮੀਰਾ ਪਾਣ ਤੇ ਫਿਰ ਹਾਂ ਜੀ ਸ਼ੁਕਰੀਆ ਕਿੱਡੇ ਮਹਿੰਗੇ ਵੇਖਦੇ ਆ ਨਾ ਅੱਛਾ ਤੁਸੀਂ ਦੇਣਾ ਮੇਰੇ ਸਵਾਲ ਦਾ ਜਵਾਬ ਅੱਜ ਕੱਲ ਦੇ ਦੌਰ ਦੇ ਵਿੱਚ ਸਾਰਿਆਂ 'ਚ ਬੁੱਢੀਆਂ 'ਚ ਵੀ ਸਬਰ ਕਿਉਂ ਘਟ ਗਿਆ ਖਤਮ ਹੋ ਗਿਆ ਯਾਰ ਤੁਹਾਨੂੰ ਇਸ ਬਾਰੇ ਜਦ ਇਨਕਮ ਕਮ ਹੋ ਜਾਏਗੀ ਐਕਸਪੈਂਸਿਸ ਜ਼ਿਆਦਾ ਹੋ ਜਾਏਗੇ ਨਹੀਂ ਮਤਲਬ ਕਿਸੇ ਵੀ ਲਿਹਾਜ਼ ਨਾਲ ਸਾਡੇ ਵਿੱਚ ਸਬਰ ਨਹੀਂ ਰਿਹਾ ਸੇ ਮਹਿੰਗਾਈ ਦੀ ਗੱਲ ਨਹੀਂ ਆਪਾਂ ਕਰਦੇ ਘਰ ਦੇ ਵਿੱਚ ਵੀ ਜੇ ਨਿਆਣੇ ਨੇ ਜ਼ਰਾ ਕੁ ਤੰਗ ਕੀਤਾ ਤੇ ਮਾਵਾ ਕਿੰਨਾ ਕੁੱਟਦੀਆਂ ਹੈ ਨਾ ਜੇ ਬੰਦੇ ਨੇ ਜ਼ਰਾ ਕੁ ਕੁੜੀ ਦਾ ਫੋਨ ਸੁਣ ਲਿਆ ਤੇ ਬੁੱਢੀ ਸਿਰ ਪਾੜ ਦਿੰਦੀ ਆ ਐਂਜ ਦਾ ਸਬਰ ਕਿਉਂ ਨਹੀਂ ਰਿਹਾ ਨਹੀਂ ਬਸ ਇਹੋ ਜਿਹਾ ਸਾਡੇ ਜੀ ਕੋਈ ਸੀਨ ਬਣਿਆ ਨਹੀਂ ਹੈ ਜੀ ਨਹੀਂ ਐਂਜ ਦਾ ਸਬਰ ਬੁੱਢੀਆਂ 'ਚ ਹੋਣਾ ਚਾਹੀਦਾ ਹਾਂਜੀ ਕਿੰਨਾ ਹੋਣਾ ਚਾਹੀਏ 50% 50% ਕਿ ਬੰਦੇ ਖੁੱਲਮ ਖੁੱਲਾ ਸਾਹਮਣੇ ਘੁੰਮ ਰਹੇ ਦੂਜੀ ਬੁੱਢੀਆਂ ਦਾ ਨਹੀਂ ਨਹੀਂ ਤਾਂ ਵੀ ਨਹੀਂ ਆਪੇ 50% ਗਿਆ ਨਾ ਮਤਲਬ ਇਨਸਾਨ ਬਸ ਅਗਰ ਦੇਖ ਰਹੇ ਹੈ ਤਾਂ ਠੀਕ ਹੈ ਹਾਂ ਦੇਖ ਰਹੇ ਤੇ ਫੋਨ ਤੇ ਗੱਲ ਕਰ ਰਹੇ ਨਹੀਂ ਐਸਾ ਹੋ ਨਹੀਂ ਸਕਦਾ ਫੋਨ ਦੀ ਗੱਲ ਕੀਤੀ ਆ ਹਨਾ ਭੈਣ ਫੋਨ ਦੀ ਤਾਂ ਖੈਰ ਹੁੰਦੀ ਆ ਨਹੀਂ ਐਸਾ ਨਹੀਂ ਹੋ ਸਕਦਾ ਨਹੀਂ ਨਾ ਸਬਰ ਤਾਂ ਬੁੱਢੀ 'ਚ ਹੋਣਾ ਚਾਹੀਦਾ ਨਹੀਂ ਨਹੀਂ ਇੰਨਾ ਨਹੀਂ ਹੁੰਦਾ ਭੈਣ ਤੁਸੀਂ ਦੱਸੋ ਮਰਦਾਂ 'ਚ ਕਿੰਨਾ ਸਬਰ ਹੋਣਾ ਚਾਹੀਦਾ 100% ਹੋਣਾ ਚਾਹੀਦਾ ਸਬਰ ਤੇ ਭਾਵੇਂ ਬੁੱਢੀ ਕੁੱਟਦੀ ਹੋਵੇ ਸਕੂਨ ਨਾਲ ਸਬਰ ਨਾਲ ਖਾਣੀ ਚਾਹੀਦੀ ਨਹੀਂ ਐਸੀ ਗੱਲ ਤੇ ਨਹੀਂ ਹੈ ਬੁੱਢੀ ਕਵੇ ਭਾਂਡੇ ਤੋਂ ਕੁੱਟ ਬੰਦਾ ਆਪਣੇ ਕਰਤੂਤਾਂ ਨਾਲ ਧੋਣੇ ਚਾਹੀਦੇ ਕੁੱਟ ਦੇ ਬੰਦਾ ਆਪਣੀ ਕਰਤੂਤਾਂ ਤੋਂ ਖਾਂਦਾ ਅੱਛਾ ਕਰਤੂਤਾਂ ਦੋ ਵਰਨਾ ਕੀ ਮਜਾਲ ਹੈ ਕਿ ਔਰਤ ਕੇ ਹੱਥ ਲਾ ਸਕੇ ਬੰਦੇ ਨੂੰ ਭਾਣੇ ਕੋਈ ਇਹੋ ਜਿਹਾ ਸੀਨ ਬਣਿਆ ਆਪਣਾ ਨਹੀਂ ਕਦੀ ਨਹੀਂ ਪਈ ਨਹੀਂ ਮੈਂ ਬਚ ਗਏ ਅੱਲਾ ਦਾ ਸ਼ੁਕਰ ਹੈ ਚਲੋ ਤਾਰੀਫ ਕਰ ਦੋ ਮੇਰੀ ਭੈਣ ਦੀ ਤਿੰਨ ਤਾਰੀਫਾ ਕਰ ਦੋ ਮਾਸ਼ਾਅੱਲਾ ਇਹ ਅੱਖਾਂ ਬੜੀ ਪਿਆਰੀਆਂ ਲੱਗਦੀਆਂ ਅੱਛਾ ਹਾਂਜੀ ਇਹਨਾਂ ਦਾ ਬੋਲਣ ਦਾ ਸਟਾਈਲ ਮੈਨੂੰ ਅੱਛਾ ਲੱਗਦਾ ਅੱਛਾ
ठीक है ते बाकी ये सोचदी भी अच्छा ही नहीं ਤੁਸੀਂ ਤੇ ਤਿੰਨ ਬਰਾਈਆਂ ਹੀ ਕਰਨੀਆਂ ਵਾ ਸਪਾਈ ਤੇ ਕਰੋ ਨਹੀਂ ਐਸੀ ਕੋਈ ਵੀ ਨਹੀਂ ਹੈ ਬਸ ਇਹ ਐਕਸਰਸਾਈਜ਼ ਨਹੀਂ ਕਰਦੇ ਇਹ ਇਹ ਇਸ ਬਾਤ ਦਾ ਹੈ ਨਹੀਂ ਜਾਣਦੇ ਹਾਂ ਮੈਨੂੰ ਸਮਾਰਟ ਪਸੰਦ ਹੈ ਤਾਂ ਮੈਂ ਕਹਤੀ ਐਕਸਰਸਾਈਜ਼ ਕਰ ਲੈ ਵਾਕ ਕਰੇ ਬਸ ਇਹ ਨਹੀਂ ਕਰਦੇ ਕਿੰਨਾ ਕੁ ਵਜ਼ਨ ਘਟਾਉਣਾ ਚਾਹੀਦਾ 70 ਹੋ ਜੇ ਸੈਮੋੜ ਕਿੰਨਾ 80 ਪਲੱਸ ਮੈਂ ਹੈ ਆਈ ਥਿੰਕ ਸੋ ਕੀ ਸੋਚਿਆ ਭਾਈ ਘਟਾਉਂਦੇ ਕਿਉਂ ਨਹੀਂ ਵਜ਼ਨ ਹੋ ਜਾਏਗਾ ਵਜ਼ਨ ਦਾ ਸ਼ਾਦੀ ਤੋਂ ਬੰਦਾ ਖੁਸ਼ ਹੋਵੇ ਤੇ ਵਜ਼ਨ ਆਪਣੇ ਆਪ ਵੱਜ ਜਾਂਦਾ ਮੈਂ ਖਾਤੀ ਕਿਤੇ ਤੁਸੀਂ ਦੋ ਤਿੰਨ ਨਿੱਕੇ ਭਰਾ ਤੇ ਨਹੀਂ ਨਿਕਲ ਗਏ ਸੀ ਸੇਤ ਦਾ ਰਾਜ ਦਾ ਨਹੀਂ ਨਹੀਂ ਇਹ ਸਭ ਤੋਂ ਛੋਟਾ ਪੀਸ ਹੈ ਮੇਰੀ ਅੱਬੀ ਅੱਬੂ ਕਰੇਗੀ ਸਭ ਤੋਂ ਛੋਟਾ ਅੱਛਾ ਇਹ ਸਭ ਤੋਂ ਛੋਟਾ ਬਚ ਕੇ ਰਹੀ ਭਰਾਵਾ ਬਚ ਕੇ ਰਹੀ ਨਹੀਂ ਕੋਈ ਐਸੀ ਬਾਤ ਨਹੀਂ ਤੁਸੀਂ ਪੜ੍ਹਦੇ ਹੋ ਹਾਂਜੀ ਕੀ ਬਣਨਾ ਚਾਹੁੰਦੇ ਹੋ ਮੈਂ ਸਬ ਇੰਸਪੈਕਟਰ ਬਣਨਾ ਚਾਹਤਾ ਹੂੰ ਅੱਛਾ ਇੰਸਪੈਕਟਰ ਕੀ ਹੋ ਜਾ ਚੰਡ ਮਾਰ ਕੇ ਆ ਵੀ ਹੋਸ਼ ਹੋਈ ਹੋਏ ਹੈ ਬੇਟਾ ਦੇਖ ਪਸਤੋਲ ਨਹੀਂ ਚੱਕੀ ਜਾਣੀ ਹੈ ਤੂੰ ਪਸਤੋਲ ਚੱਕਣੀ ਆਪ ਡਿੱਗ ਜਾਣਾ ਸੀਧ ਬਣਾ ਵੀ ਲੈ ਸੀਧ ਬਣਾ ਹਮਾਰਾ ਬਸ ਜਜ਼ਬਾ ਬੁਲੰਦ ਹੋਣਾ ਚਾਹੀਏ ਹਮ ਕੁਛ ਵੀ ਕਰ ਸਕਤੇ ਹੈ ਭੈਣ ਕੋਲੋਂ ਲੈ ਲਾ ਸੇਤ ਬੜੀ ਵਾਧੂ ਆ ਅੱਛਾ ਬਾਜੀ ਇੱਕ ਸਵਾਲ ਅੱਜ ਕੱਲ੍ਹ ਸਾਡੇ ਵਿੱਚ ਸਬਰ ਘੱਟ ਹੋ ਗਿਆ ਵਾ ਅਸੀਂ ਕੋਈ ਗੱਲ ਮਤਲਬ ਬਰਦਾਸ਼ਤ ਹੀ ਨਹੀਂ ਕਰਦੇ ਤੇ ਤੁਹਾਨੂੰ ਕੀ ਲੱਗਦਾ ਔਰਤ ਚ ਕਿੰਨੀ ਬਰਦਾਸ਼ਤ ਹੋਣੀ ਚਾਹੀਦੀ ਬਰਦਾਸ਼ਤ ਹੁੰਦੀ ਹੈ ਜਬ ਵੀ ਤੋ ਘਰ ਸਰਵਾਈਵ ਕਰਤਾ ਹੈ ਅੱਛਾ ਕਿੰਨੀ ਬਰਦਾਸ਼ਤ ਹੁੰਦੀ ਹੈ ਕਾਫੀ ਬਰਦਾਸ਼ਤ ਹੁੰਦੀ ਹੈ ਮੈਂ ਮੈਨੂੰ ਦੇਖ ਲੈ 16 ਸਾਲ ਸੇ ਆਪਣੇ ਬੰਦੇ ਕੋ ਬਰਦਾਸ਼ਤ ਕਰ ਰਹੀ ਹਾਂ ਇਹ ਆਵਾ ਤੇ ਬਹੁਤ ਹੀ ਵੱਡਾ ਹਿੰਮਤ ਵਾਲਾ ਕੰਮ ਆ ਬਰਦਾਸ਼ਤ ਕਰਨਾ ਬੰਦੇ ਨੂੰ ਹਾਂ ਭੈਣੇ ਕਿੰਨੀ ਕੁ ਦੁਖੀ ਆ ਤੂੰ ਨਹੀਂ ਦੁਖੀ ਨਹੀਂ ਮੇਰੇ ਸੇ ਐਸੇ ਲੱਗ ਰਿਹਾ ਮੈਂ ਦੁਖੀ ਹਾਂ ਅੱਛਾ ਇਹ ਵੀ ਹੁੰਦਾ ਨਾ ਕਿ ਇੰਨਾ ਸਬਰ ਹੋਰ ਚ ਹੈ ਕਿ ਆਪਣਾ ਹੀ ਬੰਦਾ ਕਿਸੇ ਹੋਰ ਨਾਲ ਗੱਲਬਾਤ ਕਰਦਾ ਹੋਵੇ ਹੋ ਜਾਏਗਾ ਸਬਰ ਐਸੇ ਨਹੀਂ ਗਰਦਨ ਦੇ ਪਕੜ ਕੇ ਨਹੀਂ ਸਕੂਲ ਤੁਹਾਡੇ ਬੰਦੇ ਨੇ ਤੇ ਕਰਨੀ ਵੀ ਨਹੀਂ ਉਹਨਾਂ ਨੂੰ ਮਰਨਾ ਉਹ ਸਿਹਤ ਦੇਖ ਕੇ ਡਰਦੇ ਹੋਣੇ ਅੱਛਾ ਇੰਨਾ ਕਿ ਤੇ ਬਰਦਾਸ਼ਤ ਹੋਣਾ ਚਾਹੀਦਾ ਕਿ ਬੰਦਾ ਫੋਨ ਤੇ ਗੱਲ ਕਰ ਰਿਹਾ ਹੋਵੇ ਕਿਸੇ ਹੋਰ ਨਾਲ ਹਾਂ ਇਤਨਾ ਤਾਂ ਹੋ ਇਤਨਾ ਬੰਦਾ ਬਰਦਾਸ਼ਤ ਕਰ ਸਕਦਾ ਹਾਂਜੀ ਬਟ ਮਿਲਣਾ ਜੁਲਣਾ ਨਹੀਂ 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 ਐਸੇ ਥੋੜੀ ਜੇ ਇੰਜ ਹੋ ਜਾਵੇ ਕੀ ਕਰੂੰਗੇ ਤੂੰ ਆਂਖਾਂ ਨਾਲ ਕੇ ਗੋਟਿਆਂ ਨਹੀਂ ਖੇਲੂਗੀ ਆਪਣਾ ਹੀ ਬੰਦਾ ਕਾਣਾ ਕਰ ਦੇਣਾ ਕਿਸੇ ਕੰਮ ਦਾ ਨਹੀਂ ਰਹਿਣਾ ਬਾਜੀ ਕਿਸੇ ਕੋ ਦੇਖੇਗਾ ਤਾਂ ਨਹੀਂ ਨਾ ਇਹ ਬਹੁਤ ਵਧੀਆ ਸਿੰਗਰ ਹੈ ਗਾਣਾ ਬਹੁਤ ਵਧੀਆ ਗਾਉਂਦਾ ਅੱਜ ਮੇਰੇ ਚੜ ਗਿਆ ਹੱਥ ਤੇ ਤੇ ਆਪਾਂ ਇਹਨੂੰ ਸਵਾਲ ਜਵਾਬ ਵੀ ਕਰਾਂਗੇ ਤੇ ਗਾਣਾ ਵੀ ਸੁਣਾਂਗੇ ਪਹਿਲੇ ਸਵਾਲ ਜਵਾਬ ਤੁਸੀਂ ਦੱਸਣਾ ਵਾ ਇਨਸਾਨ ਦੇ ਵਿੱਚ ਬਰਦਾਸ਼ਤ ਕਿਉਂ ਘਟ ਗਈ ਦੁਨੀਆ ਚੱਲ ਰਹੀ ਹੈ ਬੜੀ ਤੇਜ਼ ਤੇਜ਼ ਮਤਲਬ ਹਰ ਬੰਦੇ ਨੂੰ ਨਾ ਜਲਦੀ ਜਲਦੀ ਪਈ ਗਈ ਇਹ ਵੀ ਜਲਦੀ ਹੋ ਜਾਣਾ ਚਾਹੀਦਾ ਇਹ ਵੀ ਜਲਦੀ ਹੋ ਜਾਣਾ ਚਾਹੀਦਾ ਅਹਿਸਾਸ ਖਤਮ ਜਦੋਂ ਕਹਿੰਦੇ ਨਾ ਕਿ ਅਹਿਸਾਸ ਖਤਮ ਹੋ ਜਾਂਦਾ ਤਾਂ ਹਰ ਚੀਜ਼ ਜਿਹੜੀ ਹੈ ਨਾ ਉਹ ਤੇ ਮਤਲਬ ਲੱਗਣਾ ਸ਼ੁਰੂ ਬੰਦਾ ਮਤਲਬ ਹੀ ਹੋ ਜਾਂਦਾ ਅੱਛਾ ਇੰਨੀ ਜਿਹੜੀ ਮਰਦ ਜੀ ਬਰਦਾਸ਼ਤ ਹੋ ਜਾਂਦੀ ਬੁੱਢੀ ਚੰਡ ਚੁੰਡ ਮਾਰੇ ਬਰਦਾਸ਼ਤ ਕਰ ਲਵੇ ਗੇ ਹੱਸਾ ਲੱਗ ਜਾਵੇ ਇੰਨੀ ਬਰਦਾਸ਼ਤ ਤੇ ਹੋਣੀ ਚਾਹੀਦੀ ਹੈ ਨਹੀਂ ਇੰਨੀ ਵੀ ਨਹੀਂ ਹੋਣੀ ਚਾਹੀਦੀ ਨਾ ਕੱਲ ਤੇਰਾ ਵਿਆਹ ਹੋ ਜਾਏ ਬੁੱਢੀ ਆ ਕੇ ਦੋ ਚਾਰ ਗਾਲਾਂ ਕੱਢ ਦੇ ਇੰਨੀ ਬਰਦਾਸ਼ਤ ਤੇ ਅਸੀਂ ਉਹ ਲਿਆਵਾਂਗੇ ਨਹੀਂ ਜਿਹੜੀ ਗਾਲਾਂ ਕੱਢੇਗੀ ਟੈਲੈਂਟ ਤੇ ਤੇਰਾ ਪਤਾ ਵਾ ਸਿੰਗਿੰਗ ਦਾ ਕਿਹੜਾ ਗਾਣਾ ਸੁਣਾਏਗਾ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਉਹ ਗਾਣਾ ਕੀਤਾ ਸੀ ਪਹਿਲੇ ਸ਼ੁਰੂ ਸ਼ੁਰੂ ਯਾਦਾਂ ਵਿਛੜੇ ਸਜਣ ਦੀਆਂ ਆਇਆਂ ਅੱਖੀਆਂ ਚ ਮੀਂਹ ਵਸਦਾ ਯਾਦਾਂ ਵਿਛੜੇ ਸਜਣ ਦੀਆਂ ਆਇਆਂ ਅੱਖੀਆਂ ਚ ਮੀਂਹ ਵਸਦਾ ਉਹ ਸ਼ਾਲਾ ਮੁੱਕ ਜਾਣ ਇਹ ਜੱਗ ਤੋਂ ਜੁਦਾਈਆਂ ਅੱਖੀਆਂ ਚ ਮੀਂਹ ਵਸਦਾ ਯਾਦਾਂ ਵਿਛੜੇ ਸਜਣ ਦੀਆਂ ਆਇਆਂ ਅੱਖੀਆਂ ਚ ਮੀਂਹ ਵਸਦਾ ਕਿੱਥੇ ਜਾ ਕੇ ਲੁਕ ਗਿਓ ਲੇਖਾਂ ਦੇ ਆ ਤਾਰਿਆ ਤੇਰੀਆਂ ਜੁਦਾਈਆਂ ਮੈਨੂੰ ਜਿਉਂਦੀ ਜਾਣੇ ਮਾਰਿਆ ਤੇਰੀਆਂ ਜੁਦਾਈਆਂ ਮੈਨੂੰ ਜਿਉਂਦੀ ਜਾਣੇ ਮਾਰਿਆ ਰੋ ਰੋ ਸਦਰਾਂ ਵੀ ਦੇਣ ਦੁਹਾਈਆਂ ਅੱਖੀਆਂ ਚ ਮੀਂਹ ਵਸਦਾ ਯਾਦਾਂ ਵਿਛੜੇ ਸਜਣ ਦੀਆਂ ਆਇਆਂ ਅੱਖੀਆਂ ਚ ਮੀਂਹ ਵਸਦਾ ਉਹ ਸ਼ਾਲਾ ਮੁੱਕ ਜਾਣ ਇਹ ਜੱਗ ਤੋਂ ਜੁਦਾਈਆਂ ਅੱਖੀਆਂ ਚ ਮੀਂਹ ਵਸਦਾ ਯਾਦਾਂ ਆਈਆਂ ਆਈਆਂ ਯਾਦਾਂ ਆਈਆਂ ਥੈਂਕ ਯੂ ਜੀ
ਬਹੁਤ ਵਧੀਆ ਆਵਾਜ਼, ਬਹੁਤ ਵਧੀਆ ਗਾਣਾ। ਕੀ ਕਰਨ ਆਏ ਸੀ ਮਾਲ 'ਚ? ਐਕਚੁਅਲ 'ਚ ਅਸੀਂ ਕੁੜੀ ਲੱਭਣ ਆਏ ਕਿਸੀ ਸ਼ਾਦੀ ਵਾਸਤੇ। ਸ਼ਾਦੀ ਵਾਸਤੇ? ਨਹੀਂ, ਤੁਹਾਨੂੰ ਕਿਸੇ ਨੇ ਕਿਹਾ ਕਿ ਇੱਥੇ ਵਿਆਹ ਵਾਸਤੇ ਕੁੜੀਆਂ ਜਾਂਦੀਆਂ? ਨਹੀਂ ਨਹੀਂ, ਵਿਆਹ 'ਚ ਨਹੀਂ। ਐਕਚੁਅਲੀ ਪਤਾ ਨਹੀਂ ਚੱਲਦਾ ਤੁਹਾਡੇ ਨਸੀਬ ਦਾ ਕਿੱਥੇ ਕਿਸ ਟਾਈਮ ਮਿਲ ਜਾਵੇ, ਫਿਰ ਥੋੜ੍ਹੀ ਆਊਟਿੰਗ ਵਗੈਰਾ ਕਰ ਲੈਂਦੇ ਕਿ ਮੇ ਬੀ ਸਾਥ ਆਪਣਾ ਇੰਜੋਏ ਵੀ ਕਰ ਲਈਦਾ। ਕਿਹੜੇ ਰਿਸ਼ਤੇਦਾਰਾਂ 'ਚ ਕੋਈ ਲੱਭੀ? ਰਿਸ਼ਤੇਦਾਰਾਂ ਨੇ ਸਾਰੇ ਵਿਆਹ ਹੋ ਦਿੱਤੀਆਂ ਗਈਆਂ। ਤੇ ਤੁਹਾਨੂੰ ਕੀ ਉਮੀਦ ਸੀ ਰਿਸ਼ਤੇਦਾਰ ਜਿਹੜੇ ਉਹਨਾਂ ਨੇ ਮੂੰਹ ਨਹੀਂ ਲਾਇਆ ਤੇ ਬਾਹਰ ਵਾਲਿਆਂ ਨੇ ਲਾ ਲੈਣਾ? ਬਾਹਰ ਵਾਲਿਆਂ ਨੂੰ ਪਤਾ ਨਹੀਂ ਹੁੰਦਾ ਤੁਹਾਡੀਆਂ ਰਕਤਾਂ ਦਾ? ਹਾਂ, ਪਤਾ ਨਹੀਂ ਹੁੰਦਾ ਉਹ, ਫਿਰ ਗੱਲ ਬਣ ਜਾਂਦੀ। ਬਾਹਰ ਵਾਲੇ ਇੰਨੇ ਨਹੀਂ ਹੁੰਦੇ, ਉਹਨਾਂ ਨੂੰ ਸ਼ਕਲ ਨਜ਼ਰ ਆ ਰਹੀ ਹੁੰਦੀ ਆ। ਸ਼ਕਲਾਂ ਜ਼ਰੂਰੀ ਤੇ ਨਹੀਂ, ਸਾਰਿਆਂ ਨੇ ਸ਼ਕਲਾਂ ਹੀ ਦੇਖਣੀਆਂ ਹੈਗੀਆਂ। ਤੇ ਤੁਹਾਡੇ ਕੋਲ ਐਕਚੁਅਲੀ ਆਉਣ ਦਾ ਪਰਪਸ ਇਹ ਹੈਗਾ ਸੀ ਕਿ ਤੁਸੀਂ ਸਾਡੇ ਵਾਸਤੇ ਥੋੜੀ ਰਿਕੁਐਸਟ ਕਰਦੇ ਹੋ ਪਬਲਿਕ ਨੂੰ? ਅੱਛਾ, ਤੇ ਮੈਂ ਬਿਸੀ ਸ਼ੁਰੂ ਕਰ, ਤੁਸੀਂ ਬਿਸੀ ਨਾ ਮੇਰੀ ਕਰੋ। ਅੱਛਾ, ਕੰਮ ਕੀ ਕਰਦੇ? ਕੰਮ ਮਾਸ਼ਾਅੱਲਾ ਲਾ ਕੰਟੀਨਿਊ ਹੈਗਾ, ਤੇ ਉਸ ਤੋਂ ਇਲਾਵਾ ਇੱਕ ਆਪਣਾ ਆਫਿਸ ਹੈਗਾ। ਅੱਛਾ, ਵਕੀਲ ਬਣਨਾ ਚਾਹੁੰਦੇ ਹੋ? ਜੀ ਮਾਸ਼ਾਅੱਲਾ। ਕਿਸ ਕਿਸਮ ਦਾ ਵਕੀਲ? ਕ੍ਰਿਮੀਨਲ ਲਾਇਰ। ਮੈਨੂੰ ਤਾਂ ਲੱਗਦਾ ਤਲਾਕਾ ਹੀ ਕਰਾਏਗਾ ਬਹੁਤੀਆਂ ਲੋਕਾਂ ਦੀਆਂ। ਨਹੀਂ, ਅੱਲਾ ਖੈਰ ਕਰੇ। ਆਹੋ, ਇਹ ਆਪਣਾ ਵਿਆਹ ਨਾ ਨਾ ਹੋਇਆ, ਇਹਨੇ ਦੂਜਿਆਂ ਦਾ ਵੀ ਬਰਦਾਸ਼ਤ ਨਹੀਂ ਜੇ ਕਰਨਾ। ਹੁੰਦਾ ਹੀ ਨਹੀਂਗਾ, ਯਕੀਨ ਕਰੋ, ਨਹੀਂ ਹੁੰਦਾ ਹੈਗਾ ਬਿਲਕੁਲ। ਬੇਵੇ ਕੀ ਤਰ੍ਹਾਂ ਸੇਜਦਾ ਹੈਗਾ? ਬਰਦਾਸ਼ਤ ਨਹੀਂ ਹੈਗੀ। ਨਹੀਂ ਹੁੰਦਾ, ਬਿਲਕੁਲ ਨਹੀਂ ਹੁੰਦਾ। ਮੈਂ ਇੰਜ ਕੀਰੀ, ਮਤਲਬ ਐਸਾ ਕੀ ਹੋ ਗਿਆ ਵਾ ਕਿ ਅੱਜ ਕੱਲ ਦੇ ਲੋਕਾਂ 'ਚ ਬਰਦਾਸ਼ਤ ਨਹੀਂ ਹੈਗੀ, ਸਬਰ ਨਹੀਂ ਹੈਗਾ? ਕਿਉਂ? ਸਬਰ ਐਸੇ ਵਜ੍ਹਾ ਤੋਂ ਨਹੀਂ ਹੈਗਾ, ਬਸ ਜਲਦਬਾਜ਼ੀ ਦੀ ਵਜ੍ਹਾ ਤੋਂ। ਜ਼ਮਾਨਾ ਬਹੁਤ ਫਾਸਟ ਹੋ ਗਿਆ ਹੈਗਾ, ਹਰ ਬੰਦਾ ਕਹਿੰਦਾ ਕਿ ਬਸ ਜਲਦੀ ਜਲਦੀ ਹਰ ਕੰਮ ਹੋ ਜਾਵੇ। ਅੱਛਾ, ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਸਬਰ ਹੋਣਾ ਚਾਹੀਦਾ ਇਨਸਾਨ 'ਚ? ਸਬਰ ਐਟਲੀਸਟ ਇੰਨਾ ਕੁ ਤਾਂ ਹੋਣਾ ਚਾਹੀਦਾ ਕਿ ਬੰਦਾ ਆਪਣੇ ਆਪ ਨੂੰ ਬਰਦਾਸ਼ਤ ਕਰ ਸਕੇ, ਆਪਣੇ ਗੁੱਸੇ ਨੂੰ ਬਰਦਾਸ਼ਤ ਕਰ ਸਕੇ। ਅੱਛਾ, ਤੇ ਮੈਂ ਕਹਿੰਦੀ ਇਨਸਾਨ 'ਚ ਇੰਨਾ ਸਬਰ ਹੋਵੇ ਕਿ ਕੋਈ ਹੁਣ ਹੀ ਮੈਂ ਤੁਹਾਡੇ ਚੰਡ ਚੁੰਡ ਮਾਰਦਾ, ਤੁਸੀਂ ਬਰਦਾਸ਼ਤ ਕਰੋ, ਇੰਨਾ ਸਬਰ ਹੋਣਾ ਚਾਹੀਦਾ ਹੈ ਨਾ? ਪਹਿਲੀ ਗੱਲ ਤੇ ਤੁਸੀਂ ਬਿਨਾਂ ਰੀਜ਼ਨ ਤੋਂ ਚੰਡ ਮਾਰੋਗੇ ਨਹੀਂ। ਮੈਂ ਸਬਰ ਹੀ ਚੈੱਕ ਕਰਨਾ ਹੈ ਮੇਰੇ ਭਰਾ 'ਚ ਕਿੰਨਾ ਕਿੰਨਾ ਰਹੇ। ਹਾਂ, ਤੇ ਬਸ ਜਦੋਂ ਭਰਾ ਕਹਿ ਤੇਰਾ, ਫਿਰ ਸਬਰ ਹੀ ਸਬਰ ਹੈ। ਆਹੋ, ਪਿੱਛੇ ਕੀ ਰਹਿ ਗਿਆ ਮੇਰਾ? ਕੋਈ ਟੈਲੈਂਟ ਹੋਵੇ? ਟੈਲੈਂਟ ਤਾਂ ਕ੍ਰਿਕਟ ਦਾ ਹੈਗਾ, ਕ੍ਰਿਕਟ ਆਪਾਂ ਤਾਂ ਖੇਡ ਨਹੀਂ ਸਕਦੇ। ਨਹੀਂ, ਗਾਣੇ ਦਾ ਸ਼ੇਰੋ? ਨਹੀਂ, ਗਾਣੇ ਦਾ ਸ਼ੇਰੋ ਸ਼ਰੀ ਦਾ ਸ਼ੌਕ ਨਹੀਂ ਹੈਗਾ, ਬਾਈ ਨੂੰ ਮੇਰੇ ਖਿਆਲ ਦੇਗਾ। ਨਹੀਂ ਭਾਈ, ਬੂਹੀਮੀਆਂ ਦਾ ਰੈਪ ਥੋੜਾ ਕਾਪੀ ਕਰ ਲੈਂਦੇ ਨੇ। ਚਲੋ, ਜਿਹੜੀ ਵੀ ਕਾਪੀ ਆ। ਬੂਹੀਮੀਆਂ ਦੇ ਨਾਲ ਅੱਜ ਬੀਰਾ ਦੇ ਨਾਲ ਹੋਇਆ ਮੇਰਾ ਸ਼ੋਅ ਅਮਾਨਾ ਦੇ ਮਾਲ ਮਾਲ ਦੇ ਵਿੱਚ ਹੈ। ਇਹ ਬੀਰਾ ਬੀਰਾ ਮੈਨੂੰ ਪਾਇਆ ਕਿਰਾ ਕਿਰਾ ਪਾ ਕੇ ਇਹਨੂੰ ਮੇਰਾ ਆਖਿਆ ਮੈਨੂੰ ਦੇ ਇੰਟਰਵਿਊ। ਮੈਂ ਕਿਹਾ ਮੇਰੇ ਕੋਲ ਨਹੀਂ ਹੈਗਾ ਟਾਈਮ। ਉਹ ਮੈਂ ਕਿਹਾ ਫਿਰ ਆਮੀ ਤੈਨੂੰ ਇਹੋ ਵਹਿਮ ਰਾਹੋ ਬੂਹੀਮੀਆਂ ਬਾਜੀ ਬੀਰਾ ਕੁਛ ਗਲਤ ਨਹੀਂ ਬੋਲਿਆ, ਤੁਸੀਂ ਸੁਣਿਆ ਵੀ ਹੋਏਗਾ। ਤੂੰ ਇੰਨੀਆਂ ਬ੍ਰੇਕਾਂ ਲਾਈਆਂ, ਮੈਨੂੰ ਸਮਝ ਨਹੀਂ ਆਈ ਕਿਆ ਕੀ ਆ। ਇਸ ਲਈ ਬ੍ਰੇਕਾਂ ਲਾਈਆਂ ਤੈਨੂੰ ਸਮਝ ਵੀ ਆਵੇ। ਆਹੋ, ਬਿਨਾਂ ਵਜ੍ਹਾ ਨਹੀਂ ਕੁਛ ਵੀ ਮੈਂ ਲਾਇਆ। ਸੱਚੀ ਦੱਸ, ਕੁਛ ਗਲਤ ਨਹੀਂ ਨਾ ਕਿਹਾ? ਮੈਂ ਨਹੀਂ ਕੁਛ ਵੀ ਕੁਛ ਗਲਤ ਕੀਤਾ। ਇਹਨੇ ਬਾਜੀ ਕਹਿ, ਗਲਤ ਕਹਿ ਨਹੀਂ ਸਕਦਾ। ਬਾਜੀ ਸੁਣ ਲੈਣਾ ਬੈਠ ਕੇ। ਹਾਂ, ਬਾਜੀ ਕੀ ਕਰਨ ਆਏ ਸੀ ਮਾਲ 'ਚ? ਬਸ ਬੱਚੇ ਨੇ ਕਿਹਾ ਕਿ ਚੱਕਰ ਲਾਣਾ ਥੋੜ੍ਹੇ ਦਿਨ। ਅੱਛਾ, ਨਾਲ ਹਸਬੰਡ ਨਹੀਂ ਆਏ? ਨਹੀਂ, ਹਸਬੰਡ ਨਹੀਂ, ਬੇਟੀ ਆਈ, ਉਹ ਮੇਰੀ ਬੇਟੀ। ਅੱਛਾ, ਬੇਟੀ ਆਈ ਆ। ਭਾਈ ਨੇ ਕਿਉਂ ਨਹੀਂ ਆਏ ਬਾਜੀ? ਬਸ ਮਸਰੂਫੀਆਤ ਉਹਨਾਂ ਦੀ ਆਪਣੀ। ਇੰਝ ਕਿਉਂ ਹੁੰਦਾ ਕਿ ਬੁੱਢੀਆਂ ਕਹਿ ਦਿੰਦੇ ਸੀ ਅਸੀਂ ਬਾਹਰ ਘੁੰਮਣ ਜਾਣਾ ਤੇ ਬੰਦੇ ਮਸਰੂਫ ਹੋ ਜਾਂਦੇ ਆ? ਮਸਰੂਫ ਹੋ ਜਾਂਦੇ, ਬਾਅਦ 'ਚ ਜ਼ਿਆਦਾ ਵੀ ਉਹੀ ਆਉਂਦੇ ਨੇ। ਹਾਂ, ਇੰਝ ਇਹ ਦੋਸਤਾਂ ਨਾਲ ਜਾਣਾ ਹੋਵੇ ਨਾ, ਇੰਝ ਟਾਈਮ ਨਿਕਲਦਾ। ਸਹੀ ਗੱਲ ਹੈ, ਸਹੀ ਕਿ ਬੁੱਢੀਆਂ ਨਾਲ ਜਾਣਾ ਹੋਵੇ ਸੋ ਬਹਾਨੇ ਲਾਉਂਦੇ, ਸੋ ਬਹਾਨੇ ਲਾਉਂਦੇ, ਬਿਲਕੁਲ ਨਹੀਂ ਕਹਿਣਾ ਮੰਨਦੇ। ਅੱਛਾ, ਤੁਸੀਂ ਮੈਨੂੰ ਇਹ ਦੱਸਣਾ, ਅੱਜ ਕੱਲ ਬਰਦਾਸ਼ਤ ਕਿਉਂ ਲੋਕਾਂ 'ਚ ਘੱਟ ਹੋ ਗਈ ਯਾਰ? ਸਬਰ ਹੀ ਨਹੀਂ ਹੈਗਾ, ਇਮਾਨ ਦੀ ਕਮੀ ਆ ਰਹੀ ਨਾ। ਅੱਛਾ, ਕਿ ਇਨਸਾਨ ਦੀਨ ਨਾਲ ਦੂਰ ਹੋ ਰਿਹਾ ਨਾ, ਤੇ ਹਰ ਕਿਸੇ ਨੂੰ ਆਪਣੀ ਨਫਸਾ ਨਫਸੀ ਦਾ ਦੌਰ ਹੈ ਨਾ ਇਸ ਚੀਜ਼ ਦਾ। ਤਦ ਕਰਕੇ ਪੈਸਾ ਚਾਹੀਦਾ ਹੈ, ਅਮੀਰਤ ਚਾਹੀਦੀ, ਅੱਗੇ ਵਧਣ ਵਾਸਤੇ ਇਨਸਾਨ ਨੂੰ ਕੁਛ ਅੱਛਾ ਬੁਰਾ ਕਰਨਾ ਕੋਈ ਇਸ ਚੀਜ਼ ਨੂੰ ਨਹੀਂ ਵੇਖ ਰਿਹਾ, ਬਸ ਉਹ ਆਪਣਾ ਦਿਲ ਖੁਸ਼ ਕਰਨ ਵਾਸਤੇ ਕੁਛ ਵੀ ਕਰ ਰਹੇ ਹਨ। ਅਜੇ ਇੱਕ ਸ਼ਾਦੀਸ਼ੁਦਾ ਔਰਤ ਦੇ ਵਿੱਚ ਕਿੰਨਾ ਕੁ ਸਬਰ ਹੋਣਾ ਚਾਹੀਦਾ? ਵਿਆਹ ਤੋਂ ਬਾਅਦ ਬਹੁਤ ਕੁਛ ਹੁੰਦਾ ਲਾਈਫ ਦੇ ਵਿੱਚ, ਤੇ ਔਰਤ ਸਬਰ ਹੀ ਤਾਂ ਕਰ ਰਹੀ ਹੁੰਦੀ ਵਿਆਹ ਤੋਂ ਬਾਅਦ। ਕਿਸ ਤਰ੍ਹਾਂ ਦਾ ਸਬਰ? ਹਰ ਲਿਹਾਜ਼ ਨਾਲ, ਹਰ ਤਰ੍ਹਾਂ ਦਾ ਹੀ ਸਬਰ ਹੋ ਰਿਹਾ ਹੁੰਦਾ। ਸੱਸ ਨੂੰ ਬਰਦਾਸ਼ਤ ਕਰਨਾ, ਬੰਦੇ ਨੂੰ ਬਰਦਾਸ਼ਤ ਕਰਨਾ, ਨਨਾਨਾ ਬਰਦਾਸ਼ਤ ਕਰਨੀ, ਕੀ ਕਿਸ ਤਰ੍ਹਾਂ ਦਾ ਸਬਰ? ਮੈਂ ਤਾਂ ਕਹਿੰਦੀ ਹਾਂ ਅਜ਼ਮਾਇਸ਼ ਸਭ ਤੋਂ ਵੱਡੀ ਸ਼ਾਦੀ ਤੋਂ ਬਾਅਦ ਹੀ ਸ਼ੁਰੂ ਹੋ ਰਹੀ ਹੁੰਦੀ। ਏਡਾ ਜ਼ਾਲਮ ਸਸਰਾਲ ਸਭ ਦਾ ਹੀ ਹੁੰਦਾ ਆਲਮੋਸਟ। ਅੱਛਾ, ਮਤਲਬ ਵਿਆਹ ਤੋਂ ਬਾਅਦ ਸੱਸ ਦੇ ਤਾਨੇ ਵੀ ਬਰਦਾਸ਼ਤ ਕਰਦੀ ਔਰਤ, ਤੇ ਕੁੱਟ ਕੁੱਟ ਬਰਦਾਸ਼ਤ ਕਰਦੀ ਔਰਤ? ਸਭ ਕੁਛ ਹੀ, ਮੈਂ ਤਾਂ ਕਹਿੰਦੀ ਨਹੀਂ। ਇਸ ਮਾਮਲੇ 'ਚ ਇਹਦਾ ਮਤਲਬ ਕਿ ਔਰਤ 'ਚ ਸਬਰ ਹੈਗਾ? ਬਹੁਤ ਜ਼ਿਆਦਾ ਸਬਰ। ਐਸਾ ਕਿਹੜਾ ਮਾਮਲਾ ਜਿਹਦੇ ਵਿੱਚ ਸਬਰ ਨਹੀਂ ਹੈਗਾ? ਸੋਤਨ ਨਹੀਂ ਬਰਦਾਸ਼ਤ ਕਰਨੇ, ਸੋਕਣ ਨਹੀਂ ਬਰਦਾਸ਼ਤ ਕਰ ਸਕਦੀ ਆਦ। ਅੱਛਾ, ਲਫ਼ਜ਼ ਸੋਕਣ ਹੁੰਦਾ ਜਾਂ ਸੋਤਣ? ਸੋਤਣ। ਸੋਤਣ ਹੁੰਦਾ? ਸੋਤਣ ਹੁੰਦਾ। ਮੈਂ ਸੁਣਿਆ ਸੋਕਣ ਹੁੰਦਾ। ਸੋਕਣ ਵੀ ਹੁੰਦਾ, ਸੋਤਣ ਵੀ ਹੁੰਦਾ, ਲੇਕਿਨ ਸੋਕਣ ਪੰਜਾਬੀ ਦਾ ਲਫ਼ਜ਼ ਹੈ। ਅੱਛਾ, ਤੇ ਸੋਕਣ ਨਹੀਂ ਬਰਦਾਸ਼ਤ ਕਰ? ਨਹੀਂ ਕਰ ਸਕਦੀ। ਮੈਂ ਥੋੜਾ ਬਹੁਤ ਫੋਨ ਛੂਣ, ਚਲੋ ਇਹ ਚੀਜ਼ਾਂ ਤਾਂ ਕਾਮਨ ਨੇ, ਇਹ ਤਾਂ ਚੱਲ ਇਹ ਬਰਦਾਸ਼ਤ ਹੋ ਜਾਂਦੀ ਹੈ, ਇਹ ਤਾਂ ਬਰਦਾਸ਼ਤ ਵੀ ਹੋ ਰਹੀਆਂ, ਉਸ ਚੀਜ਼ ਨੂੰ ਮੰਨਿਆ ਵੀ ਨਹੀਂ ਜਾ ਰਿਹਾ, ਸਾਹਮਣੇ ਉਹਨੂੰ ਹੀ ਝੂਠਾ ਕੀਤਾ ਜਾ ਰਿਹਾ। ਚਲੋ, ਥੋੜਾ ਡੀ
ਨਹੀਂ ਫਿਲਹਾਲ ਤਾਂ ਮੈਂ ਤੁਹਾਨੂੰ ਮਿਲ ਕੇ ਬੜਾ ਖੁਸ਼ ਹਾਂ ਬੋਲਣ ਦੀ ਚਾਹੋ ਘਬਰਾਹਟ ਇਸ ਕਦਰ ਹੈ ਹੋਈ ਅੱਛਾ ਕਿਉਂ ਤੁਹਾਨੂੰ ਘਬਰਾਹਟ ਕਿਉਂ ਹੁੰਦੀ ਆ ਕਿ ਮੇਰਾ ਮੇਕਅਪ ਤੇ ਨਹੀਂ ਕਰਾਉਣਾ ਹੋ ਗਿਆ ਇੱਕ ਪਸੰਦੀਦੀ ਚੀਜ਼ ਮਿਲ ਜਾਂਦੀ ਉਹਦਾ ਪਤਾ ਇੰਤਖਾਬ ਕਰਦਾ ਉਹ ਅੱਖਾਂ ਦੇ ਸਾਹਮਣੇ ਆ ਜਾਏ ਤੁਸੀਂ ਮਹਿਸੂਸ ਕਰ ਸਕਦੇ ਜੇ ਉਹ ਕੀ ਫੀਲਿੰਗ ਹੁੰਦੀ ਹਾਂ ਇਹ ਤੇ ਹੈ ਹਾਏ ਰੱਬਾ ਮੇਰੀ ਪਸੰਦੀਦਾ ਚੀਜ਼ ਕਿਦਾਂ ਮੈਨੂੰ ਮਿਲੇਗੀ ਅੱਲਾ ਜ਼ਰੂਰ ਦੇਵੇਗਾ ਅੱਜ ਮੈਂ ਖੁਸ਼ ਹਾਂ ਮੈਂ ਦੁਆ ਕਰਾਂਗੀ ਤੁਹਾਨੂੰ ਵੀ ਇਨਸ਼ਾਅੱਲਾ ਜ਼ਰੂਰ ਮਿਲੇਗੀ ਆਮੀਨ ਜੀ ਬਹੁਤ ਸ਼ੁਕਰੀਆ ਜੀ ਵਧੀਆ ਹੋ ਗਿਆ ਜੀ ਨਾਜ਼ਰੀਨ ਖਤਮ ਹੋ ਗਿਆ ਪ੍ਰੋਗਰਾਮ ਦਾ ਟਾਈਮ ਤੇ ਇੱਕ ਸਵਾਲ ਕੀ ਸੀ ਕਿ ਮਰਦ ਹੋਣ ਔਰਤ ਹੋਣ ਸਾਰਿਆਂ ਵਿੱਚ ਸਬਰ ਕਿਉਂ ਖਤਮ ਹੋ ਗਿਆ ਜਾਂ ਘੱਟ ਕਿਉਂ ਗਿਆ ਤੁਸੀਂ ਸੁਣ ਲਿਆ ਕੈਸੇ ਕੈਸੇ ਜਵਾਬ ਸੀ ਤੁਸੀਂ ਵੀ ਕਮੈਂਟ ਦੇ ਵਿੱਚ ਮੈਨੂੰ ਲਾਜ਼ਮੀ ਦੱਸਣਾ ਕਿ ਕੀ ਵਜ੍ਹਾ ਵਾ ਅਤੇ ਆਪਣੀ ਵੀਰਾਂ ਨੂੰ ਇਜਾਜ਼ਤ ਦਿਓ ਜਦੋਂ ਤੁਹਾਡੇ ਨਾਲ ਮੁਲਾਕਾਤ ਹੋਏਗੀ ਨਵੇਂ ਸਵਾਲ ਲੈ ਕੇ ਆਵਾਂਗੀ ਨਵੀਂ ਜਗ੍ਹਾ 'ਤੇ ਆਵਾਂਗੀ ਨਵੀਂ ਜੁੱਤਾਂ ਨਾਲ ਆਵਾਂਗੀ ਨਵੇਂ ਮੇਕਅਪ ਨਾਲ ਵੀ ਆਵਾਂਗੀ ਅੱਲਾ ਹਾਫਿਜ਼